ਜਦੋਂ ਟੈਲੈਂਟ ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ। ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਆ। ਉਹ ਕਹਿੰਦੇ ਨੀ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦੋ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਮੈਂ ਤੁਹਾਡਾ ਹੋਸਟ ਚਾਚਾ ਸਨਰੀ। ਦੋਸਤੋ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਅਤੇ ਬਿਗ ਬਰਡ ਦੇ ਵਿੱਚ ਕਾਫੀ ਕੰਟਰੋਵਰਸੀ ਚੱਲ ਰਹੀ ਹੈ ਅਤੇ ਸਨੀ ਮਲਟਨ ਅਤੇ ਬਿਗ ਬਰਡ ਹੁਣੀ ਸਿੱਧੂ 'ਤੇ ਉਂਗਲਾਂ ਬਿਠਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਪਿਛਲੇ 3 ਸਾਲਾਂ ਤੋਂ ਸਿੱਧੂ ਮੂਸੇਵਾਲਾ ਗਾਣੇ ਲੀਕ ਕਰਦਾ ਆ ਰਿਹਾ ਹੈ ਅਤੇ ਅਸੀਂ ਸਿਰਫ ਇਸ ਗੱਲ ਕਰਕੇ ਚੁੱਪ ਸੀ ਤਾਂ ਕਿ ਉਸ ਦੀ ਇੱਜ਼ਤ ਬਣੀ ਰਹੇ। ਦੋਸਤੋ, ਜਦੋਂ ਇਹ ਗੱਲਾਂ ਸਿੱਧੂ ਮੂਸੇਵਾਲਾ ਤੱਕ ਪਹੁੰਚੀਆਂ ਤਾਂ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸ਼ਾਇਰੀ ਅਪਲੋਡ ਕਰਤੀ। ਉਸਨੇ ਸ਼ਾਇਰੀ ਵਿੱਚ ਇਨਡਾਇਰੈਕਟ ਵੇ ਨਾਲ ਬ੍ਰਾਊਨ ਬੋਇਜ਼ 'ਤੇ ਉਂਗਲ ਉਠਾਈ ਹੈ। ਦੋਸਤੋ, ਸਿੱਧੂ ਮੂਸੇਵਾਲੇ ਨੇ ਲਿਖਿਆ ਹੈ, 4 ਸਾਲਾਂ ਤੋਂ ਜ਼ੋਰ ਲਾਉਂਦੇ ਸੀ, ਫਿਰ ਮੇਰੇ ਕੋਲ ਆਉਂਦੇ ਸੀ, ਮੇਰੇ ਤੋਂ ਗਾਣਾ ਗਵਾ ਕੇ ਖੁਦ ਹਿੱਟ ਕਹਾਉਂਦੇ ਸੀ। ਮੈਨੂੰ ਕੰਪਨੀਆਂ ਦਾ ਆਫਰ ਆਇਆ ਪਰ ਤੁਸੀਂ ਲਾ ਕੇ ਥੱਲੇ ਰੱਖਣਾ ਚਾਹੁੰਦੇ ਸੀ। ਚੱਕਰ ਤਾਂ ਇਹ ਆ ਨਾ, ਤੁਹਾਨੂੰ ਯਾਰ ਮੇਰੇ ਨਾਲ ਪਾਉਂਦੇ ਸੀ, ਮੈਨੂੰ ਉਹਨਾਂ ਨਾਲ ਹੀ ਪੜ੍ਹਾਉਂਦੇ ਸੀ। ਇਕੱਠਿਆਂ ਨੇ ਕਮਾਇਆ, ਇਕੱਠਿਆਂ ਨੇ ਖਰਚਿਆ, ਕੀ ਤੁਹਾਨੂੰ ਬਸ ਇੱਕ ਗਾਣੇ ਦੇ ਪੈਸੇ ਪਾਉਂਦੇ ਸੀ? ਦੋਸਤੋ, ਤੁਸੀਂ ਸਿੱਧੂ ਅਤੇ ਬਿਗ ਬਰਡ ਵਿੱਚ ਕਿਸ ਨੂੰ ਸਪੋਰਟ ਕਰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰਨਾ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।